सब सुख दाता राम है दूसर ना ही कोई कहो नानक सुन रे मना तह सिमरत गत होई वाहे गुरु जी का खालसा श्री वाहे गुरु जी की फते। मेरा नाम परनीत कौर है ते मैं बीबी शरण कौर खालसा कॉलेज श्री चमकौर साहिब विच बीए भाग तीजा दी विद्यार्थन हाँ आज मैं नौवीं पातशाही ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਇਸ ਸ਼ੁਭ ਮੌਕੇ ਤੇ ਆਪ ਜੀ ਦੇ ਸਾਹਮਣੇ ਮੈਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਉਪਦੇਸ਼ ਸਾਂਝਾ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਇੱਕ ਸੰਨਿਆਸੀ ਨੂੰ ਉਪਦੇਸ਼ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਨੁੱਖ ਸਮਾਜ ਦੇ ਕਲਿਆਣ ਹੇਤੂ ਪ੍ਰਚਾਰ ਦੌਰੇ ਦੇ ਅੰਤਰਗਤ ਹਰਦਵਾਰ ਪਹੁੰਚੇ ਉਨ੍ਹਾਂ ਨੇ ਆਪਣੇ ਕਾਫਲੇ ਦਾ ਸਵੇਰ ਹਰਦੁਆਰ ਦੇ ਨਜ਼ਦੀਕ ਕੰਥਕ ਕਬਜ਼ੇ ਵਿੱਚ ਲਗਾਇਆ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਤੇ ਨੌਵੇਂ ਵਾਰਿਸ ਉੱਥੇ ਪਧਾਰੇ ਹਨ ਤਾਂ ਆਸ-ਪਾਸ ਦੇ ਖੇਤਰ ਵੱਲੋਂ ਤੁਹਾਡੇ ਦਰਸ਼ਨਾਂ ਨੂੰ ਭੀੜ ਉੱਪਰ ਪਈ ਤੁਹਾਡੀ ਵਡਿਆਈ ਸੁਣ ਕੇ ਇੱਕ ਸੰਨਿਆਸੀ ਤੁਹਾਨੂੰ ਵਿਸ਼ੇਸ਼ ਰੂਪ ਵੱਲੋਂ ਮਿਲਣ ਚਲਾ ਆਇਆ ਪੇਂਟ ਹੋਣ ਉੱਤੇ ਉਸਨੇ ਆਪਣੇ ਹਿਰਦੇ ਦੀ ਪੀੜ ਇਸ ਪ੍ਰਕਾਰ ਕਹਿ ਸੁਣਾਇ ਹੇ ਗੁਰਦੇਵ ਮੈਂ ਸੁਣ ਰੱਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਗ੍ਰਸਥ ਵਿੱਚ ਰਹਿੰਦੇ ਹੋਏ ਪੂਰਨ ਸੱਚ ਦੀ ਪ੍ਰਾਪਤੀ ਲਈ ਮਾਰਗਦਰਸ਼ਨ ਕਰਦੇ ਸਨ ਬਸ ਮੈਂ ਉਸੇ ਸਦੀਵੀ ਗਿਆਨ ਦੀ ਪ੍ਰਾਪਤੀ ਲਈ ਭਟਕ ਰਿਹਾ ਹਾਂ ਮੈਂ ਜਪ ਤਪ ਵਰਤ ਅਤੇ ਯੋਗ ਸਾਧਨਾ ਕਰਕੇ ਥੱਕ ਗਿਆ ਹਾਂ ਕਈ ਵਾਰ তীਰਥ ਯਾਤਰਾ ਵੀ ਕਰ ਆਇਆ ਹਾਂ ਪਰ ਮੇਰਾ ਮਨ ਕਾਬੂ ਵਿੱਚ ਨਹੀਂ ਹੈ ਤੁਸੀਂ ਮੈਨੂੰ ਅਜਿਹਾ ਗਿਆਨ ਪ੍ਰਦਾਨ ਕਰੋ ਕਿ ਮੇਰਾ ਧਿਆਨ ਪ੍ਰਭ ਚਰਨਾ ਵਿੱਚ ਪੂਰੀ ਤਰ੍ਹਾਂ ਜੁੜਿਆ ਰਹੇ ਗੁਰੂ ਜੀ ਨੇ ਉਸ ਦੀ ਸਮੱਸਿਆ ਦਾ ਸਮਾਧਾਨ ਕਰਦੇ ਹੋਏ ਕਿਹਾ ਉਸ ਨੂੰ ਰੱਬ ਦੀ ਖੋਜ ਲਈ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ ਪ੍ਰਭੂ ਸਦਵਿਆਪਕ ਹਨ ਜਿਵੇਂ ਫੁੱਲ ਵਿੱਚ ਸੁਗੰਧ ਅਤੇ ਸ਼ੀਸ਼ੇ ਵਿੱਚ ਪਰਛਾਈ ਰਹਿੰਦੀ ਹੈ ਉਹੀ ਹਾਲਤ ਈਸ਼ਵਰ ਵਾਹਿਗੁਰੂ ਜੀ ਦੀ ਹੈ ਉਸ ਭਗਵਾਨ ਨੂੰ ਉਹ ਆਪਣੇ ਹਿਰਦੇ ਵਿੱਚ ਹੀ ਖੋਜੇ ਉਸ ਸਮੇਂ ਗੁਰਦੇਵ ਗੁਰੂਦੇਵ ਜੀ ਨੇ ਇੱਕ ਪਦ ਗਾ ਕੇ ਉਸ ਦਾ ਮਾਰਗਦਰਸ਼ਨ ਕੀਤਾ ਕਾਹੇ ਰੇ ਬਨ ਖੋਜਨ ਜਾਈ ਕਾਹੇ ਰੇ ਬਨ ਖੋਜਨ ਜਾਈ सरप निवासी सदा अलेपा तो संग समाई रहाओ पूहक मध्य बास बस्त है मुकर मह जैसे छाई तैसे ही हर बसे निरंतर कठी खोज पाई बाहर पीतर एको जानो ए ज्ञान बताई जन नानक बिन आपा चीने मिटे न भ्रम की काई ਇਸ ਤਰ੍ਹਾਂ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਬਹੁਤ ਹੀ ਸੁੰਦਰ ਉਪਦੇਸ਼ ਦਿੱਤਾ ਹੈ ਹਿੰਦ ਦੀ ਚਾਦਰ ਧਰਮ ਦੀ ਚਾਦਰ ਦੇ ਨਾਮ ਤੇ ਜਾਣੇ ਜਾਣ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਜੋਤੀ ਰੂਪ ਵਿੱਚ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਅੱਜ ਬੋਲਣ ਦਾ ਮੌਕਾ ਮਿਲਿਆ ਮੈਨੂੰ ਇਸ ਗੱਲ ਦਾ ਮੈਨੂੰ ਬਹੁਤ ਬਹੁਤ ਮਾਣ ਹੈ ਇਕ ਬਹੁਤ ਸੁੰਦਰ ਕਵਿਤਾ ਹੈ ਅੱਖਰ ਮਗਮਗ ਲਾਲ ਹੋ ਗਏ ਪੂਰੇ 400 ਸਾਲ ਹੋ ਗਏ ਅੱਖਰ ਮਗਮਗ ਲਾਲ ਹੋ ਗਏ ਪੂਰੇ 400 ਸਾਲ ਹੋ ਗਏ ਇਤਿਹਾਸ ਨੇ ਲਿਖਤਾ ਮਾਲਕ ਪੂਰੀ ਹਿੰਦ ਦੀ ਚਾਦਰ ਦਾ ਇਤਿਹਾਸ ਨੇ ਲਿਖਤਾ ਮਾਲਕਪ uri ਹਿੰਦ ਦੀ ਚਾਦਰ ਦਾ ਦੁਨੀਆਂ ਦੇਨ ਨਹੀਂ ਦੇ ਸਕਦੀ ਸ਼੍ਰੀ ਗੁਰੂ ਤੇਗ ਬਹਾਦਰ ਦਾ ਦੁਨੀਆਂ ਦੇਨ ਨਹੀਂ ਦੇ ਸਕਦੀ ਸ਼੍ਰੀ ਗੁਰੂ ਤੇਗ ਬਹਾਦਰ ਦਾ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ